ਜਾਂ ਤੁਸੀਂ ਇਹ ਕਲੀਅਰ ਦੱਸੋ, ਲੋਕਾਂ ਨੂੰ ਕਲੀਅਰ ਕਰੋ ਵੀ ਤੁਸੀਂ ਜੇ ਸੀਰੀਅਸ ਹੋ ਲੁਧਿਆਣੇ ਦੇ ਮਸਲੇ 'ਚ, ਤੁਸੀਂ ਵਾਕਈ ਉਰੇ ਐਮ ਪੀ ਇਲੈਕਸ਼ਨ ਲੜ ਰਹੇ ਹੋ ਅਤੇ ਇਹਨਾਂ ਦੇ ਮੁੱਦੇ ਤੁਸੀਂ ਸੱਚੀ ਚੱਕਣਾ ਚਾਹੁੰਦੇ ਹੋ, ਅਤੇ ਫਿਰ ਐਮ ਐਲ ਏ ਸ਼ਿਪ ਕਿਉਂ ਰੱਖੀ ਹੋਈ ਆ ਗਿੱਦੜਵਾਹੇ ਦੀ? ਕਿਉਂਕਿ ਅਸਲੀ ਤੁਸੀਂ ਜਿਵੇਂ ਕਿਹਾ ਤੁਹਾਡੇ ਦਿਲ 'ਚ ਵੱਸਦਾ, ਤੁਸੀਂ ਰਹਿਣਾ ਉੱਥੇ ਹੀ ਆ ਜਾ ਕੇ। ਟੈਲੀਫੋਨ ਨੰਬਰ ਉਹ ਤੁਸੀਂ ਜਿਵੇਂ ਬਠਿੰਡਿਓਂ ਬਦਲਿਆ ਸੀ ਉਸ ਵੇਲੇ ਮੰਗੋ ਟੈਲੀਫੋਨ ਨੰਬਰ ਆ ਜਿਹੜਾ ਉਰੇ ਦੇ ਵੀ ਬਦਲ ਲਉਂਗੇ, ਜਿਵੇਂ ਉੱਥੇ ਚੁੰਨੀਆਂ ਬਟਾਈਆਂ ਸੀ ਇੱਥੇ ਵੀ ਚੁੰਨੀਆਂ ਬਟਾ ਕੇ ਚਲੇ ਜਾਓਗੇ। ਅੱਜ ਬਠਿੰਡੇ ਤੁਸੀਂ ਪਿਛਲੀ ਇਲੈਕਸ਼ਨ ਲੜੀ, ਅੱਜ ਕਿਉਂ ਨਹੀਂ ਲੜੀ ਬਠਿੰਡੇ? ਅਤੇ ਤੁਸੀਂ ਪਹਿਲਾਂ ਇਹ ਦੱਸ ਦਿਓ, ਕਲੀਅਰ ਕਰ ਦਿਓ ਵੀ ਤੁਸੀਂ ਗਿੱਦੜਵਾਹੇ ਤੋਂ ਟੈਲੀਫੋਨ ਚੱਕਿਆ ਕਰੋਗੇ ਜਾਂ ਲੁਧਿਆਣੇ, ਕਿਉਂਕਿ ਤੁਸੀਂ ਐਮ ਐਲ ਏ ਉੱਥੇ ਦੇ ਹੋ, ਉੱਥੇ ਦੇ ਲੋਕਾਂ ਨੂੰ ਵੀ ਧੋਖਾ ਦੇ ਰਹੇ ਹੋ, ਉਰੇ ਦੇ ਲੋਕਾਂ ਨੂੰ ਵੀ ਧੋਖਾ ਦੇ ਰਹੇ ਹੋ। ਲੋਕ ਬੜੇ ਸਿਆਣੇ ਆ, ਸਮਝਦੇ ਆ, ਜੇ ਤੁਹਾਨੂੰ ਮਨ ਰੱਤੀ ਪਰ ਵੀ ਲੁਧਿਆਣੇ ਵਾਲਿਆਂ ਨਾਲ ਪਿਆਰ ਹੁੰਦਾ ਤਾਂ ਤੁਸੀਂ ਲੁਧਿਆਣੇ ਦੇ ਲੋਕਾਂ ਨੂੰ, ਲੀਡਰਾਂ ਨੂੰ ਨੋਮੀਨੇਸ਼ਨ 'ਚ ਲੈ ਕੇ ਜਾਂਦੇ ਅਤੇ ਉਸ ਤੋਂ ਬਾਅਦ ਉਹਨਾਂ ਦੀਆਂ ਕਿਤੇ ਤਸਵੀਰਾਂ ਨਹੀਂ ਲਾਈਆਂ। ਕਿਉਂਕਿ ਮੈਂ ਤਾਂ ਹਮੇਸ਼ਾ ਸਮਝਦਾ ਵੀ ਮੈਂ ਇਲੈਕਸ਼ਨ ਆ ਜਿਹੜੀ ਉਹ ਬੈਂਸਾਂ ਨਾਲ ਲੜਨਾ, ਤੁਸੀਂ ਉਵੇਂ ਹੀ, ਤੁਹਾਡਾ ਤਾਂ ਕੋਈ ਇੱਥੇ ਵਜੂਦ ਜਾਂ ਹੈ ਨਹੀਂ, ਇਸੇ ਕਰਕੇ ਤੁਸੀਂ ਬੈਂਸ ਲੈ ਕੇ ਆਉਂਦੇ। ਹੁਣ ਦੇਖਣਾ ਇਹ ਹੋਊਗਾ ਬਈ ਲੋਕ, ਕਿਉਂਕਿ ਹੁਣ ਮੁਕਾਬਲਾ ਜਿਹੜਾ ਉਹ ਤੁਹਾਡੇ ਨਾਲ ਤਾਂ ਰਿਹਾ ਨਹੀਂ, ਉਹ ਮੁਕਾਬਲਾ ਹੈ ਜਿਹੜਾ ਤੁਸੀਂ ਮੈਨੂੰ ਲੱਗਦਾ ਬੈਂਸ ਮੂਹਰੇ ਕਰਤੇ, ਸਾਰੀ ਕਾਂਗਰਸ ਪਿੱਛੇ ਕਰਕੇ। ਅਤੇ ਹੁਣ ਇਹ ਵੀ ਪਤਾ ਲੱਗ ਜਾਊਗਾ ਵੀ ਲੋਕ ਉਹਨਾਂ ਬਾਰੇ ਕੀ ਸਮਝਦੇ ਆ, ਕੀ ਉਹਨਾਂ ਦਾ ਚਿਹਰਾ ਮੋਹਰਾ ਹੈ। ਉਹ ਕਹਿੰਦੇ ਆ ਮੇਰੇ ਕੋਲ ਕੋਈ ਰਿਕਾਰਡਿੰਗਾਂ ਨੇ, ਅਤੇ ਰਿਕਾਰਡਿੰਗਾਂ ਦੀ ਕਿਹੜੀ ਕਿਹੜੀ ਗੱਲ, ਜਿੰਨੀਆਂ ਮਰਜ਼ੀ ਰਿਕਾਰਡਿੰਗਾਂ ਬਣਾ ਲਓ, ਅੱਜ ਕੱਲ੍ਹ ਤਾਂ ਜ਼ਮਾਨਾ ਐਸਾ ਹੈ ਜਿੰਨੀਆਂ ਮਰਜ਼ੀ ਰਿਕਾਰਡਿੰਗਾਂ ਬਣਾਈ ਜਾਓ ਇੱਕ ਦੂਜੇ ਦੇ ਉਲਟ, ਅਤੇ ਆਪਾਂ ਤਾਂ ਇਸ ਗੱਲ 'ਚ ਮਸ਼ਹੂਰ ਹਾਂ, ਇਹੀ ਕੁਛ ਕੀਤਾ ਹੈ। ਅਤੇ ਤੁਸੀਂ ਰਿਕਾਰਡਿੰਗਾਂ ਬਣਾ ਲਓ, ਜੋ ਮਰਜ਼ੀ ਬਣਾ ਲਓ, ਤੁਹਾਨੂੰ ਜੀ ਆਇਆ ਵੈਲਕਮ। ਇਸ ਕਰਕੇ ਇਸ ਗੱਲ ਦੀ ਜਮਾਂ ਕੋਈ ਪਰਵਾਹ ਨਹੀਂ।